ਸ਼ਾਸਰੀਆ ਘਾਲ ਦੋਸਤੋ ਇੱਕਰ ਫਿਰ ਤੋਂ ਹਾਜ਼ਰ ਹੋ ਚੁੱਕੇ ਆ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ ਗੱਲ ਕਰਾਂਗੇ ਜੀ ਪੰਜਾਬ ਦੀਆਂ ਸਮੇਂ ਦੀਆਂ ਸਭ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਬਾਰੇ ਪੰਜਾਬ ਸਕੂਲਾਂ ਬਾਰੇ ਹੁਣੇ-ਹੁਣੇ ਹੀ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ ਵਿਦਿਆਰਥੀਆਂ ਵਾਸਤੇ ਖਾਸ ਸਹੂਲਤ ਵੱਡੀ ਖੁਸ਼ਖਬਰੀ ਦੋਸਤੋ ਪੰਜਾਬ ਸਕੂਲਾਂ ਬਾਰੇ ਆ ਚੁੱਕਾ ਜੀ ਅਗਲੀ ਖਬਰ ਦੋਸਤੋ ਵਿਦਿਆਰਥੀਆਂ ਨੂੰ ਇਹ ਪੰਜ ਚੀਜ਼ਾਂ ਮਿਲਣਗੀਆਂ ਮੁਫਤ 40 ਸਾਲ ਤੋਂ ਵੱਧ ਲੋਕਾਂ ਨੂੰ 4200 ਮਹੀਨਾ ਪੈਨਸ਼ਨ ਮਿਲੂਗੀ ਤਾਂ ਪਿਆਰੇ ਦਰਸ਼ਕੋ ਜੀ ਨੇ ਸਾਰੀ ਖਬਰਾਂ ਬਾਰੇ ਕੀ ਵੀਡੀਓ ਵਿੱਚ ਪੂਰੀ ਜਾਣਕਾਰੀ ਦਿੰਨੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਤੇ ਨਵੇਂ ਹੋ ਅਜੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰ ਲਓ ਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿਉਂਕਿ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਪੰਜਾਬ ਸਕੂਲਾਂ ਨਾਲ ਜੁੜੀਆਂ ਹੋਈਆਂ ਵੱਡੀਆਂ ਤੋਂ ਵੱਡੀਆਂ ਤੇ ਤਾਜ਼ਾ ਖਬਰਾਂ ਘਰ ਬੈਠੇ ਦੇਖਣ ਲਈ ਮਿਲਦੀਆਂ ਰਹਿਣਗੀਆਂ ਤਦੋਂ ਲੋ ਪਰ ਸ਼ੁਰੂਆਤ ਕਰ ਲੈਣੇ ਇਸ ਸਮੇਂ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ ਪਹਿਲੀ ਵੱਡੀ ਖਬਰ ਆ ਜੀ ਮਿਲਾਵਟ ਖੋਰਾ ਖਿਲਾਫ ਮਾਨ ਸਰਕਾਰ ਕਸੇਗੀ ਸਿਕੰਜਾ ਦਿੱਤੇ ਸਖਤ ਕਾਰਵਾਈ ਦੇ ਹੁਕਮ ਜੀ ਹਾਂ ਪਿਆਰੇ ਦਰਸ਼ਕੋ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਪੋਸ਼ਟਿਕ ਅਤੇ ਮਿਲਾਵਟ ਰਹਿਤ ਭੋਜਨ ਮਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਮਿਲਾਵਟ ਖੋਰਾ ਖਿਲਾਫ ਸਖਤ ਕਾਰਵਾਈ ਦੇ ਹੁਕਮ ਜਾਰੀ ਕਰਤ ਨੇ ਇਸ ਨੂੰ ਲੈ ਕੇ ਮੁੱਖ ਸਕੱਤਰ ਬੀਜੇ ਕੁਮਾਰ ਜੰਜੂਆ ਨੇ ਪੰਜਾਬ ਸਿਵਲ ਸਕੱਤਰ ਤੇ ਚੰਡੀਗੜ੍ਹ ਵਿਕੇ ਫੂਡ ਸੇਫਟੀ ਤੇ ਹੈਲਥੀ ਡਾਈਟ ਬਾਰੇ ਰਾਜਪਦਰੀ ਸਲਾਹਕਾਰ ਕਮੇਟੀ ਦੀ ਤੀਜੀ ਮੀਟਿੰਗ ਕੀਤੀ ਤੇ ਸੀਐਮ ਮਾਨ ਦੇ ਹੁਕਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਇਸੇ ਦੇ ਨਾਲ ਹੀ ਦੋਸਤੋ ਉਹਨਾਂ ਨੇ ਸਬਜ਼ੀਆਂ ਦੇ ਫਲਾਂ ਨੂੰ ਗੈਰ ਕ੍ਰੋਣਿਕ ਕੁਦਰਤੀ ਢੰਗ ਦੇ ਨਾਲ ਪਕਾਉਣ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦੇ ਆ ਕਿਹਾ ਕਿ ਇਸ ਵਰਤਾਰੇ ਨੂੰ ਰੋਕਣ ਲਈ ਜਾਂਚ ਹੋਣੀ ਚਾਹੀਦੀ ਹੈ ਫੂਡ ਸੇਫਟੀ ਮੋਬਾਈਲ ਬਹਣਾ ਅਤੇ ਟੈਸਟਿੰਗ ਲੈਬਰਾਟਰੀ ਨੂੰ ਬਧਾਇਆ ਜਾਣਾ ਚਾਹੀਦਾ ਹੈ ਅਗਲੀ ਵੱਡੀ ਖਬਰ ਹੈ ਜੀ LIC ਦਾ ਸ਼ਾਨਦਾਰ ਪਲਾਨ ਸਿਰਫ ਇੱਕ ਵਾਰ ਜਮਾ ਕਰਵਾਓ ਪੈਸਾ ਜ਼ਿੰਦਗੀ ਭਰ ਮਿਲੇਗੀ 50000 ਰੁਪਏ ਪੈਨਸ਼ਨ ਜੀ ਹਾਂ ਦੋਸਤੋ LIC ਵੱਲੋਂ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਅੱਜ ਅਸੀਂ ਤੁਹਾਨੂੰ LIC ਦੀ ਅਜਿਹੀ ਪੈਨਸ਼ਨ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿੱਚ ਤੁਹਾਨੂੰ ਹਰ ਮਹੀਨੇ ਪੈਨਸ਼ਨ ਦਾ ਲਾਭ ਮਿਲ ਸਕਦਾ ਹੈ ਤਹਾਨੂੰ LIC ਦੀ ਇਸ ਸ਼ਾਨਦਾਰ ਸਕੀਮ ਵਿੱਚ ਇੱਕ ਮੋਸਤ ਪੈਸੇ ਜਮਾ ਕਰਾਉਣੇ ਪੈਣਗੇ ਤੇ ਤੁਹਾਨੂੰ 40 ਸਾਲ ਦੀ ਉਮਰ ਤੋਂ ਹੀ ਪੈਨਸ਼ਨ ਦਾ ਲਾਭ ਮਿਲਣਾ ਸਟਾਰਟ ਹੋ ਜਾਵੇਗਾ ਸਿੰਗਲ ਪ੍ਰੀਮੀਅਮ ਯੋਜਨਾ LIC ਦੀ ਸਰਲਪਸ ਪੈਨਸ਼ਨ ਸਕੀਮ ਯੋਜਨਾ ਇਸ ਵਿੱਚ ਇੱਕ ਦੋਸਤੋ ਯੋਜਨਾ ਦੀ ਜਿਸ ਵਿੱਚ ਪਾਲਿਸੀ ਲੈਣ ਸਮੇਂ ਇੱਕ ਵਾਰ ਪ੍ਰੀਮੀਅਮ ਦਾ ਭੁਗਤਾਨ ਕਰਨਾ ਪੈਂਦਾ ਹੈ ਸਾਰੀ ਉਮਰ ਪੈਨਸ਼ਨ ਮਿਲਿਆ ਕਰੇਗੀ ਤਹਾਨੂੰ ਦੱਸੇ ਕਿ ਸਰਲ ਪੈਨਸ਼ਨ ਯੋਜਨਾ ਇੱਕ ਤਤਕਾਲ ਸਲਾਨਾ ਯੋਜਨਾ ਹੈ ਭਾਵ ਕਿ ਪਾਲਸੀ ਲੈਣਦੇ ਹੀ ਤੁਹਾਨੂੰ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਂਦੀ ਹੈ ਪਾਲਸੀ ਲੈਣ ਤੋਂ ਬਾਅਦ ਜਿੰਨੀ ਪੈਨਸ਼ਨ ਸ਼ੁਰੂ ਹੁੰਦੀ ਆ ਉਨੀ ਹੀ ਪੈਨਸ਼ਨ ਸਾਰੀ ਉਮਰ ਲਈ ਮਿਲਦੀ ਹੈ ਅਗਲੀ ਖਬਰਾਂ ਅਗਲੀ ਉਡੀ ਖਬਰਾਂ ਜੀ ਜਲਦ ਮਿਲਣਗੀਆਂ ਮੁਫਤ ਵਰਦੀਆਂ 600 ਰੁਪਏ ਬੱਚਤ ਦੇ ਆਪਕਾ ਖਰੀਦਣਗੇ ਇਹ ਪੰਜ ਚੀਜ਼ਾਂ ਦੇ ਸਰ ਨਿਰਦੇਸ਼ ਕੀਤੇ ਜਾ ਰਹੇ ਜੀ ਹਾਂ ਪਿਆਰੇ ਦਰਸ਼ਕੋ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਲਈ ਦਿਸਾ ਨਿਰਦੇਸ਼ ਜਾਰੀ ਕਰਦੇ ਨੇ ਬੇਰਬੇ ਅਨੁਸਾਰ ਪ੍ਰਤੀ ਵਿਦਿਆਰਥੀ ਵਰਦੀਆਂ ਵਾਸਤੇ 600 ਰੁਪਏ ਪ੍ਰਤੀ ਵਿਦਿਆਰਥੀ ਮੁਹੱਈਆ ਕਰਵਾਏ ਜਾਣੇ ਨੇ ਤੋ ਹਾਂ ਉਹ ਦੱਸਿਆ ਕਿ ਇਸ ਵਾਸਤੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਅੰਕੜੇ ਜਾਰੀ ਕਰਤੇ ਗਏ ਨੇ ਅਕਾਦਮਿਕ ਸਾਲ 2023-24 ਲਈ ਐਸਸੀ ਐਸਟੀ ਤੇ ਬੀਪੀਐਲ ਮੁੰਡੇ ਤੇ ਕੁੜੀਆਂ ਲਈ ਵਰਦੀਆਂ ਮੁਹੱਈਆ ਕਰਵਾਈਆਂ ਜਾਣੀਆਂ ਨੇ ਆਪਣੇ ਬਾਰਾਂ ਨੁਕਤੀ ਪੱਤਰ ਵਿੱਚ ਡਿਪਟੀ ਸਟੇਟ ਡਾਇਰੈਕਟਰ ਸਮਗਰ ਸਿੱਖਿਆ ਵਿਭਾਗ ਨੇ ਕਿਹਾ ਕਿ ਲੜਕਿਆਂ ਵਾਸਤੇ ਪੈਂਟ ਕਮੀਜ਼ ਸਿੱਖ ਲੜਕਿਆਂ ਲਈ ਪਟਕਾ ਤੇ ਬਾਕੀ ਬੱਚਿਆਂ ਲਈ ਗਰਮ ਟੋਪੀ ਗਰਮ ਸਵੈਟਰ ਬੂਟ ਜਰਾਬਾਂ ਦਿੱਤੇ ਜਾਇਆ ਕਰਨਗੇ ਇਸੇ ਤਰ੍ਹਾਂ ਕੁੜੀਆਂ ਲਈ ਪ੍ਰਾਇਮਰੀ ਜਮਾਤਾਂ ਵਾਸਤੇ ਪੈਂਟ ਕਮੀਜ਼ ਜਾਂ ਫਿਰ ਸਲਵਾਰ ਸੂਟ ਦੁਪੱਟਾ ਤੇ ਅਪਰ ਪ੍ਰਾਇਮਰੀ ਜਮਾਤਾਂ ਲਈ ਸਲਵਾਰ ਸੂਟ ਦੁਪੱਟਾ ਗਰਮਾ ਸਵੈਟਰ ਤੇ ਬੂਟ ਜਰਾਬਾ ਪ੍ਰਤੀ ਵਿਦਿਆਰਥਨ ਮੁਹੱਈਆ ਕਰਵਾਏ ਜਾਣਗੇ ਇਹ ਵੀ ਕਿਹਾ ਗਿਆ ਹੈ ਕਿ ਵਰਦੀਆਂ ਦੀ ਖਰੀਦ ਸੰਬੰਧੀ ਬਿਊਰੋ ਆਫ ਇੰਡੀਅਨ ਸਟੈਂਡਰਡ ਦੇ ਮਾਪਦੰਡਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾ ਪਿਆਰੇ ਦਰਸ਼ਕੋ ਇਹ ਹਨ ਇਸ ਸਮੇਂ ਦੀਆਂ ਸਭ ਤੋਂ ਵੱਡੀਆਂ ਅਤੇ ਤਾਜ਼ਾ ਖਬਰਾਂ ਉਮੀਦ ਕਰਦਾ ਹਾਂ ਨੂੰ ਖਬਰਾਂ ਚੰਗੇ ਲੱਗੀਆਂ ਹੋਣਗੀਆਂ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਜੀ ਐਂਡ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਕਿਉਂਕਿ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਪੰਜਾਬ ਦੇ ਸਕੂਲਾਂ ਨਾਲ ਜੁੜੀਆਂ ਹੋਈਆਂ ਵੱਡੀਆਂ ਤੋਂ ਵੱਡੀਆਂ ਅਤੇ ਤਾਜ਼ਾ ਖਬਰਾਂ ਲਗਦੇ ਆਪਣੇ ਚੈਨਲ ਤੇ ਦੇਖਣ ਲਈ ਮਿਲਦੀਆਂ ਰਹਿਣਗੀਆਂ ਬਾਕੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਰੱਬ ਰਾਖਾ